ਮੈਂ ਕਿਹਾ ਸੀ, ਮੈਂ ਕਦੋਂ ਕਿਹਾ ਸੀ? ਪੰਮੀ ਨੂੰ ਸਿੱਧਾ ਕਿੱਦਾਂ ਕਹਿ ਦੇਵਾਂਗੇ, ਭਾਈ ਕਾਗਜ਼ ਦੇ ਦੇ, ਅਸੀਂ ਚੈੱਕ ਕਰਾਉਣੇ ਆ। ਮੈਂ ਉਹਨੂੰ ਬਹਾਨੇ ਨਾਲ ਲੈ ਜਾਂਦੀ ਆ, ਤੂੰ ਮਗਰੋਂ ਆ ਕੰਮ ਕਰਦੇ। ਵੀ ਜ਼ਰੂਰਤ ਤੋਂ ਜ਼ਿਆਦਾ ਕੀਤੀ ਪਰਵਾਹ ਬੰਦੇ ਨੂੰ ਅਪਾਹਜ ਬਣਾ ਦਿੰਦੀ ਆ। 20 ਸਾਲ ਬਾਅਦ ਸਾਡਾ ਮਿਲਾਪ ਹੋਇਆ ਉਹਦੇ ਨਾਲ, ਅਸੀਂ ਉਹਦੀ ਨਜ਼ਰਾਂ 'ਚ ਮਾੜੇ ਬਣ ਜਾਈਏ। ਕੀ ਕਰਾਂ ਇਹਦਾ ਮੰਮੀ, ਆ ਤੁਸੀਂ ਇਹ ਫੜ ਲਓ, ਤੂੰ ਵੀ ਫੜਾ ਭੈਣੇ, ਨਵੀਂ ਤੂੰ ਵੀ ਫੜਾ। ਮੇਰੀ ਗੱਲ ਸੁਣਿਓ, ਮੇਰੇ ਵਿਆਹ ਦੇ ਵਿੱਚ ਨਾ ਸਿਰਫ ਇੱਕ ਦਿਨ ਰਹਿੰਦਾ ਤੇ ਤੁਸੀਂ ਇਹ ਭੂਆ ਦਾ ਮਸਲਾ ਲੈ ਕੇ ਬਹਿ ਗਏ। ਉਹ ਸਾਰਾ ਕੁਝ ਛੱਡ ਕੇ, ਸਾਰੇ ਘਰ ਦੇ ਕੰਮ ਛੱਡ ਕੇ ਤੁਹਾਡਾ ਭੂਆ ਦੇ ਵਿੱਚ ਹੀ ਧਿਆਨ ਹੋਇਆ ਪਿਆ। ਸੱਚ ਦੱਸਾਂ, ਮੈਨੂੰ ਨਾ ਐਂ ਲੱਗਦਾ ਪਿਆ ਵੀ ਮੇਰੇ ਵਿਆਹ ਦਾ ਕਿਸੇ ਨੂੰ ਚਾਅ ਹੀ ਨਹੀਂ ਹੈਗਾ। ਇੱਕ ਦਿਨ ਆ ਜਾਗੋ ਦੇ ਵਿੱਚ ਤੇ ਦਿਨ ਐਡਾ ਲੰਬਾ ਕੀਤਾ ਪਿਆ ਨਾ, ਨਿਕਲਣ ਦੇ ਵਿੱਚ ਹੀ ਨਹੀਂ ਆਉਂਦਾ। ਉੱਤੋਂ ਦੇ ਵੀਰ ਆ, ਉਹ ਕਦੋਂ ਦਾ ਗਿਆ ਹੋਇਆ, ਉਹ ਨਹੀਂ ਵਾਪਸ ਆਇਆ ਹਜੇ ਤੱਕ। ਮੇਰੀ ਗੱਲ ਸੁਣ ਮਿੰਦੋ, ਤੂੰ ਹੀ ਬੋਲਣ ਲੱਗੀ ਹੋਈ ਆ। ਆ ਭੂਆ ਵਾਲੀ ਸਲਾਹ ਵੀ ਤਾਂ ਤੂੰ ਆਪਦੇ ਬਾਪੂ ਨੂੰ ਆਪੇ ਦਿੱਤੀ ਆ। ਹੁਣ ਉਹ ਸਾਰੇ ਕੰਮ ਮੁਕਾ ਕੇ ਫੈਕਟਰੀ 'ਚ ਛੁੱਟੀ ਕਰਕੇ ਘਰੇ ਬੈਠਾ ਤੇ ਉਹਦਾ ਧਿਆਨ ਵੀ ਹੁਣ ਭੂਆ 'ਚ ਹੀ ਲੱਗਿਆ ਹੋਇਆ। ਲੱਗਣਾ ਵੀ ਚਾਹੀਦਾ ਜੇ ਲੱਗਿਆ ਹੋਇਆ। ਪਰ ਮੰਮੀ ਮੇਰੀ ਗੱਲ ਸੁਣੋ, ਤੁਸੀਂ ਇਹ ਸਾਰਾ ਕੁਛ ਨਾ ਮੇਰੇ ਵਿਆਹ ਤੋਂ ਬਾਅਦ ਵੀ ਕਰ ਸਕਦੇ ਸੀ, ਕਿ ਅੱਜ ਹੀ ਕਰਨਾ ਵੀ ਇਹ ਫੁਲਕਾਰੀਆਂ ਫੜਾ ਦਿਓ, ਕਰੋ ਡਰਾਮੇ ਨਾ। ਹੁਣ ਤੂੰ ਆਪਣੇ ਬਾਪੂ ਜੀ ਦਾ ਕਹਿਣਾ ਵੀ ਨਹੀਂ ਮੰਨੇਗੀ? ਮੈਂ ਹੀ ਬਾਪੂ ਜੀ ਨਾਲ ਗੱਲ ਕਰਦੀ ਹਾਂ। ਬਾਪੂ ਜੀ, ਮੈਂ ਨਾ ਸਿਰਫ ਤੁਹਾਨੂੰ ਸਲਾਹ ਦਿੱਤੀ ਸੀ, ਇਹ ਨਹੀਂ ਸੀ ਕਿਹਾ ਵੀ ਤੁਸੀਂ ਮੇਰਾ ਵਿਆਹ ਹੀ ਖਿੱਚ ਦਵੋ। ਪੁੱਤ, ਤੇਰੇ ਵਿਆਹ ਨੂੰ ਐਂ ਖਿੱਚਣ ਨਹੀਂ ਲੱਗੇ ਹੋਏ ਹੈਗੇ। ਵਿਆਹ ਤਾਂ ਜਿਹੜੀ ਤਰੀਕ ਨੂੰ ਰੱਖਿਆ ਹੋਇਆ ਉਦੋਂ ਹੀ ਹੋਣਾ, ਪਰ ਜਿਹੜਾ ਘਰ ਦਾ ਜੀ ਆ ਉਹਦਾ ਵੀ ਤਾਂ ਹੱਲ ਕੱਢਣਾ, ਕਿ ਸਾਰਾ ਕੁਝ ਛੱਡ ਕੇ ਆਪਾਂ ਇੱਥੇ ਲੂਡੋ ਖੇਡਣ ਲੱਗ ਜੀ? ਉਹ ਜਾਗੋ ਕੱਲ੍ਹ ਦੀ ਆ, ਅੱਜ ਦੀ ਨਹੀਂ ਹੈਗੀ। ਮੰਮੀ ਜੀ, ਜਾਗੋ ਕੱਲ੍ਹ ਦੀ ਆ, ਉਹ ਤਿਆਰੀਆਂ ਤਾਂ ਆਪਾਂ ਅੱਜ ਹੀ ਕਰਨੀਆਂ ਨੇ। ਹਜੇ ਮੈਂ ਮਹਿੰਦੀ ਲਾਉਣੀ ਆ, ਪਾਰਲਰ ਵਾਲੀ ਦੀ ਜਾ ਕੇ ਮੂੰਹ ਮੱਥਾ ਸਵਾਰਨਾ ਤੇ ਹਜੇ ਦਰਜੇ ਤੋਂ ਕੱਪੜੇ ਵੀ ਫੜ ਕੇ ਲਿਆਉਣੇ ਆ। ਮਿੰਦੋ ਪੁੱਤ, ਮੰਨਿਆ ਜਾਗੋ ਜ਼ਰੂਰੀ ਆ, ਵਿਆਹ ਜ਼ਰੂਰੀ ਆ, ਵਿਆਹ ਦੀਆਂ ਤਿਆਰੀਆਂ ਵੀ ਜ਼ਰੂਰੀ ਨੇ, ਪਰ ਤੂੰ ਸਾਡੇ ਦੋਨਾਂ ਭਰਾਵਾਂ ਵੱਲ ਦੇਖ, ਓਨੀਆਂ ਹੀ ਜ਼ਰੂਰੀ। ਸਾਨੂੰ ਸਾਡੀ ਭੈਣ ਦੀਆਂ ਖੁਸ਼ੀਆਂ ਵੀ ਨੇ। ਸਾਨੂੰ ਪਤਾ ਮਿੰਦੋ ਪੁੱਤ, ਅਸੀਂ ਜਵਾਕਾਂ ਤੋਂ ਡਰਾਮੇ ਕਰਾਉਂਦੇ ਚੰਗੇ ਨਹੀਂ ਲੱਗਦੇ, ਪਰ ਇਹ ਸਾਰਾ ਕੁਛ ਪੰਮੀ ਦੀ ਭਲਾਈ ਵਾਸਤੇ ਕਰਦੇ ਹਾਂ। ਤੁਸੀਂ ਫਿਕਰ ਨਾ ਕਰੋ ਚਾਚਾ ਜੀ, ਜੇ ਉਹ ਤੁਹਾਡੀ ਭੈਣ ਲੱਗਦੀ ਆ ਤਾਂ ਸਾਡੀ ਵੀ ਭੂਆ ਲੱਗਦੀ ਆ, ਅਤੇ ਆਪਦੀ ਭੂਆ ਲਈ ਅਸੀਂ ਇੰਨਾ ਕੁ ਤਾਂ ਕਰ ਹੀ ਸਕਦੇ ਹਾਂ। ਚੱਲ ਮਿੰਦੋ, ਦਿਲ 'ਤੇ ਪੱਥਰ ਰੱਖ ਕੇ ਜੋ ਚਾਚਾ ਜੀ ਅਤੇ ਬਾਪੂ ਜੀ ਨੇ ਆਪਾਂ ਨੂੰ ਕਰਨ ਨੂੰ ਕਿਹਾ ਉਹ ਕਰੀਏ। ਬਾਅਦ 'ਚ ਆਪਾਂ ਜਾਗੋ ਦੀਆਂ ਤਿਆਰੀਆਂ ਵੀ ਕਰਨੀਆਂ ਨੇ, ਮਹਿੰਦੀ ਵੀ ਲਵਾਉਣੀ ਆ। ਨੀਤੇ, ਤੈਨੂੰ ਕੀ ਲੱਗਦਾ ਪੰਮੀ ਇਹ ਗੱਲ ਸਹਿਲੂਗੀ? ਸਹਿਣਾ ਪੈਣਾ ਵੀਰੇ, ਸਹਿਣਾ ਪੈਣਾ। ਪਹਿਲਾਂ ਸੂਟ ਹੋ ਗਿਆ, ਫਿਰ ਉੱਪਰ ਚੁੰਨੀ ਹੋ ਗਈ, ਉਹਦੇ ਉੱਤੇ ਫੁਲਕਾਰੀ ਹੋ ਗਈ। ਦੇਖੀ ਕਿੰਨੀ ਸੋਹਣੀ ਲੱਗੂਗੀ, ਲੱਗੂਗੀ ਨਾ ਸੋਹਣੀ? ਹਾਂ ਮਿੰਦੋ, ਤੂੰ ਦੇਖ ਜਿਹੜੇ ਆਪਾਂ ਟਿੱਕੇ ਲਾਉਣੇ ਆ ਉਹ ਵੀ ਕਿੰਨੇ ਘੈਂਟ ਨੇ। ਮੈਂ ਤਾਂ ਤੇਰੀ ਜਾਗੋ ਵਾਲੇ ਦਿਨ ਨਾ 2 ਘੰਟੇ ਪਹਿਲਾਂ ਹੀ ਤਿਆਰ ਹੋ ਜਾਣਾ ਵਾ। ਫਿਰ ਦੇਖੀ ਮੈਂ ਪੌੜੀਆਂ ਉਤਰਦੀ ਦੀਆਂ, ਗਿੱਧਾ ਪਾਉਂਦੀਆਂ ਦੀਆਂ, ਇਹਨਾਂ ਤੋਂ ਰੀਲਾਂ ਬਣਵਾਉਂਗੀ। ਦੇਖੀ ਮੇਰੀਆਂ ਸਹੇਲੀਆਂ ਕਿਵੇਂ ਮੱਚਦੀਆਂ ਨੇ ਦੇਖ ਦੇਖ ਕੇ। ਉਹ ਮਚਾ ਲਈ ਜਿਹਨੂੰ ਤੂੰ ਮਚਾਉਣਾ। ਮੰਮੀ, ਤੁਸੀਂ ਤੇ ਤਾਈ ਜੀ ਨੇ ਵੀ ਤਾਂ ਫੁਲਕਾਰੀਆਂ ਲੈਣੀਆਂ ਹੋਣਗੀਆਂ, ਤੁਸੀਂ ਵੀ ਦਿਖਾ ਦਿਓ ਆਪਣੀਆਂ। ਸਾਡੀਆਂ ਫੁਲਕਾਰੀਆਂ ਅਸੀਂ ਤਾਂ ਅਲਮਾਰੀ 'ਚ ਰੱਖੀਆਂ ਨੇ, ਅਸੀਂ ਤਾਂ ਜਾਗੋ ਦੇ ਟਾਈਮ ਹੀ ਕੱਢਾਂਗੀਆਂ। ਚੱਲ ਚਾਚੀ, ਤੁਸੀਂ ਨਾ ਆਪਣੀ ਫੁਲਕਾਰੀ ਦਿਖਾਓ। ਮੰਮੀ, ਤੁਸੀਂ ਤਾਂ ਆਪਣੇ ਵਾਲੀ ਦਿਖਾ ਦਿਓ, ਤੁਹਾਡੇ ਵਾਲੀ ਤਾਂ ਮੈਂ ਦੇਖਣੀ ਆ। ਜੇ ਤੇਰੀ ਚਾਚੀ ਨਹੀਂ ਆਪਦੀ ਫੁਲਕਾਰੀ ਦਿਖਾਉਂਦੀ ਫਿਰ ਮੈਂ ਵੀ ਕਿਉਂ ਦਿਖਾਵਾਂ? ਮਿੰਦੋ, ਤੈਨੂੰ ਪਤਾ ਤਾਂ ਹੈ ਇਹ ਦਰਾਣੀ ਜਠਾਣੀ ਦੀ ਇੱਕ ਗੱਲ ਆ, ਜੇ ਉਹਨਾਂ ਨੇ ਨਹੀਂ ਦਿਖਾਉਣੀ ਤਾਂ ਮੰਮੀ ਨੇ ਵੀ ਨਹੀਂ ਦਿਖਾਉਣੀ। ਠੀਕ ਆ ਮੰਮੀ ਜੀ, ਨਹੀਂ ਦਿਖਾਉਣੀ ਨਾ ਦਿਖਾਓ। ਭੂਆ ਜੀ, ਤੁਸੀਂ ਕਿਹੜੀ ਫੁਲਕਾਰੀ ਲੈਣੀ ਆ, ਤੁਸੀਂ ਤਾਂ ਦਿਖਾ ਦਿਓ ਸਾਨੂੰ। ਪੁੱਤ, ਮੈਂ ਕੀ ਦਿਖਾਵਾਂ, ਮੇਰੇ ਕੋਲ ਤਾਂ ਫੁਲਕਾਰੀ ਹੈ ਹੀ ਨਹੀਂ, ਮੈਂ ਲਈ ਹੋਈ ਨਹੀਂ। ਕਿਉਂ ਭੂਆ ਜੀ, ਤੁਸੀਂ ਫੁਲਕਾਰੀ ਕਿਉਂ ਨਹੀਂ ਲਈ? ਕੀ ਗੱਲ, ਤੁਹਾਨੂੰ ਚਾਅ ਨਹੀਂ ਹੈਗਾ ਮੇਰੇ ਵਿਆਹ ਦਾ? ਅਸੀਂ ਤਾਂ ਸਾਰਿਆਂ ਨੇ ਫੁਲਕਾਰੀਆਂ ਲੈਣੀਆਂ ਨੇ। ਭੂਆ ਜੀ, ਤੁਸੀਂ ਫੁਲਕਾਰੀ ਲਓਗੇ ਹੀ ਨਹੀਂ? ਚੱਲ ਕੋਈ ਨਾ ਮਿੰਦੋ, ਭੂਆ ਜੀ ਨੂੰ ਆਪਾਂ ਆਪਣੀ ਕੋਈ ਫੁਲਕਾਰੀ ਦੇ ਦਾਂਗੇ, ਆਪਾਂ ਆਪਣੀ ਭੂਆ ਲਈ ਇੰਨਾ ਕੁ ਤਾਂ ਕਰ ਹੀ ਸਕਦੇ ਹਾਂ ਨਾ। ਭੂਆ ਜੀ,
ਫੁਲਕਾਰੀ ਤਾਂ ਤੁਹਾਨੂੰ ਮਿਲ ਜੂਗੀ ਪਰ ਟਿੱਕਾ ਉਹ ਤਾਂ ਦਿਖਾ ਦਿਓ ਕਿਹੜਾ ਲਾਉਣਾ ਤੁਸੀਂ ਪੁੱਤ ਮੇਰੇ ਕੋਲ ਟਿੱਕਾ ਵੀ ਨਹੀਂ ਹੈਗਾ ਭੂਆ ਜੀ ਆ ਕੀ ਤੁਸੀਂ ਫੁਲਕਾਰੀ ਵੀ ਨਹੀਂ ਲਈ ਤੇ ਟਿੱਕਾ ਵੀ ਨਹੀਂ ਹੈਗਾ ਤੁਹਾਡੇ ਕੋਲੇ ਹੁਣ ਆਪਾਂ ਕੀ ਕਰੀਏ ਚਲੋ ਫੁਲਕਾਰੀ ਤਾਂ ਅਸੀਂ ਤੁਹਾਨੂੰ ਦੇ ਹੀ ਦੇਣੀ ਆ ਪਰ ਟਿੱਕੇ ਦਾ ਕਿਵੇਂ ਕਰਾਂਗੇ ਉਹ ਤਾਂ ਸਾਡੇ ਕੋਲੇ ਵੀ ਪੂਰੇ ਪੂਰੇ ਹੀ ਆ ਚੱਲ ਕੋਈ ਨਾ ਨਵੀ ਭੂਆ ਜੀ ਹਜੇ ਵਿਆਹ 'ਚ ਇੱਕ ਦਿਨ ਪਿਆ ਤੁਸੀਂ ਇੱਕ ਕੰਮ ਕਰੋ ਬਾਪੂ ਜੀ ਜਾਂ ਚਾਚਾ ਜੀ ਤੋਂ ਪੈਸੇ ਲੈ ਲਓ ਅਸੀਂ ਤੁਹਾਨੂੰ ਨਾਲ ਜਾ ਕੇ ਦਵਾ ਲਿਆਉਂਦੇ ਹਾਂ ਪੈਸੇ ਹਜੇ ਮੈਂ ਥੋੜ੍ਹੇ ਦਿਨ ਪਹਿਲਾਂ ਹੀ ਤਾਂ ਵੀਰੇ ਤੋਂ ਪੈਸੇ ਲੈ ਕੇ ਹਟੀ ਹਾਂ ਸਾਹਿਬ ਦੀ ਫੀਸ ਭਰਾਉਣ ਲਈ ਹੁਣ ਦੁਬਾਰਾ ਕਿਵੇਂ ਮੰਗਾਂ ਭੂਆ ਜੀ ਉਹ ਜੇ ਪੈਸੇ ਮੰਗੇ ਆ ਫਿਰ ਦੁਬਾਰਾ ਤੁਹਾਨੂੰ ਫਿਰ ਮੰਗਣੇ ਹੀ ਪੈਣੇ ਆ ਹੋਰ ਆਪਣੇ ਕੋਈ ਹੱਲ ਹੀ ਨਹੀਂ ਹੈਗਾ ਨਾਲੇ ਹੁਣ ਤੁਸੀਂ ਆਪ ਦੱਸੋ ਚਾਚਾ ਜੀ ਜਾਂ ਬਾਪੂ ਜੀ ਤੋਂ ਬਿਨਾਂ ਹੋਰ ਕੋਈ ਹੈਗਾ ਜਿੱਥੋਂ ਤੁਹਾਨੂੰ ਪੈਸੇ ਮਿਲ ਜਾਣਗੇ ਹੁਣ ਸਾਹਿਬ ਥੋੜ੍ਹੀ ਦਊਗਾ ਤੁਹਾਨੂੰ ਪੈਸੇ ਨਾਲੇ ਹੁਣ ਤੁਸੀਂ ਆਪ ਦੱਸੋ ਚਾਚਾ ਜੀ ਜਾਂ ਬਾਪੂ ਜੀ ਤੋਂ ਬਿਨਾਂ ਹੋਰ ਕੋਈ ਹੈਗਾ ਜਿੱਥੋਂ ਤੁਹਾਨੂੰ ਪੈਸੇ ਮਿਲ ਜਾਣਗੇ ਹੁਣ ਸਾਹਿਬ ਥੋੜ੍ਹੀ ਦਊਗਾ ਤੁਹਾਨੂੰ ਪੈਸੇ ਭੂਆ ਜੀ ਕਿੱਥੇ ਖੋ ਗਏ ਉਹ ਮੈਂ ਕਿਹੜਾ ਝੂਠ ਬੋਲਿਆ ਜਿਹੜਾ ਤੁਸੀਂ ਸੋਚਣ ਲੱਗ ਗਏ ਹੁਣ ਸਾਹਿਬ ਵੀਰਾ ਕਿਹੜਾ ਕੋਈ ਜੌਬ ਕਰਦਾ ਜਿਹੜਾ ਤੁਹਾਨੂੰ ਪੈਸੇ ਦੇ ਦੂਗਾ ਉਹ ਤਾਂ ਆਪ ਵਿਚਾਰਾ ਮਾਮਿਆਂ ਦੇ ਆਸਰੇ ਆ ਹੁਣ ਸਾਹਿਬ ਵੀਰਾ ਕਿਹੜਾ ਕੋਈ ਜੌਬ ਕਰਦਾ ਜਿਹੜਾ ਤੁਹਾਨੂੰ ਪੈਸੇ ਦੇ ਦੂਗਾ ਉਹ ਤਾਂ ਆਪ ਵਿਚਾਰਾ ਮਾਮਿਆਂ ਦੇ ਆਸਰੇ ਆ ਜਾਓ ਭੂਆ ਜੀ ਉੱਧਰ ਬਾਪੂ ਜੀ ਤੇ ਚਾਚਾ ਜੀ ਦੋਨੇ ਹੀ ਖੜੇ ਨੇ ਪੈਸੇ ਲੈ ਲਓ ਕਿਉਂਕਿ ਇਹ ਤੋਂ ਬਾਅਦ ਫਿਰ ਆਪਾਂ ਨੂੰ ਟਾਈਮ ਨਹੀਂ ਮਿਲਣਾ ਬਾਜ਼ਾਰ ਜਾਣ ਦਾ ਪੈਸੇ ਵਾਲੇ ਤਾਂ ਆਪਾਂ ਉੱਥੇ ਜਾ ਕੇ ਦੇ ਦੇਣੇ ਆ ਪੈਸੇ ਫੁੱਲਾਂ ਵਾਲੇ ਅਤੇ ਸਜਾਵਟ ਵਾਲੇ ਨੂੰ ਉਹ ਸ਼ਾਮ ਨੂੰ ਦੇ ਦਾਂਗੇ ਉੱਥੇ ਅਤੇ ਤੂੰ ਬੈਂਕ 'ਚ ਆਇਆ ਬੈਂਕ ਜਾ ਕੇ ਦੇਖ ਬੈਲੈਂਸ ਕੀ ਆ ਆਪਣਾ ਫਿਰ ਅੱਗੇ ਦਾ ਹਿਸਾਬ ਦੇਖੀਏ ਆਪਾਂ ਠੀਕ ਆ ਵੀਰੇ ਵੀਰੇ ਮੈਂ ਤੁਹਾਡੇ ਨਾਲ ਇੱਕ ਜ਼ਰੂਰੀ ਗੱਲ ਕਰਨੀ ਸੀ ਇੱਕ ਮਿੰਟ ਪੰਮੀ ਮੀਤੇ ਪੈਸਿਆਂ ਦੀ ਤਾਂ ਹੁਣ ਪੈਰ ਪੈਰ 'ਤੇ ਲੋੜ ਆ ਜਿਹੜੇ ਆਪਾਂ ਆਹ ਫਾਲਤੂ ਖਰਚੇ ਲਿਖੇ ਹੋਏ ਨੇ ਇਹਨਾਂ ਨੂੰ ਘਟਾ ਦੇ ਬਾਕੀ ਜਿੱਥੋਂ ਪੈਸਾ ਬਚਦਾ ਬਚਾ ਲਓ ਨਾਲੇ ਜਵਾਕਾਂ ਨੂੰ ਵੀ ਕਹਿ ਜਿੰਨੇ ਖਰਚੇ ਕਰਨੇ ਸੀ ਕਰਤੇ ਹੁਣ ਹੋਰ ਕੋਈ ਫਰਮਾਇਸ਼ ਨਾ ਖੜੀ ਕਰਨ ਸਾਫ਼ ਕਹਿ ਦੀ ਪੈਸੇ ਨਹੀਂ ਹੈਗੇ ਉਹ ਵੀਰੇ ਮੈਂ ਤਾਂ ਜਵਾਕਾਂ ਨੂੰ ਰੋਕ ਹੀ ਜਾਂਦਾ ਪਰ ਰੁਕਦੇ ਹੀ ਨਹੀਂ ਆਪਣੀਆਂ ਮਰਜ਼ੀਆਂ ਕਰਦੇ ਹੁਣ ਤਾਂ ਆਹ ਦੇਖ ਲਓ ਫੁਲਕਾਰੀਆਂ ਅਤੇ ਟਿੱਕਿਆਂ 'ਤੇ ਕਿੰਨੇ ਪੈਸੇ ਲਵਾ ਤੇ ਹੁਣ ਮੈਂ ਇਹਨਾਂ ਨੂੰ ਜਵਾਬ ਦਿੰਦਾ ਚੰਗਾ ਨਹੀਂ ਲੱਗਦਾ ਜੇ ਪੈਸਿਆਂ ਨੂੰ ਜਵਾਬ ਦਿੱਤਾ ਫਿਰ ਕਹਿਣਗੇ ਚਾਚਾ ਪੈਸਿਆਂ ਨੂੰ ਹੱਥ ਘੁੱਟਦਾ ਉਹ ਇਹ ਤਾਂ ਉਹਨਾਂ ਨੂੰ ਆਪ ਹੀ ਸੋਚਣਾ ਚਾਹੀਦਾ ਕਿ ਪੈਸੇ ਕਿੱਥੇ ਖਰਚਣੇ ਆ ਕਿ ਕਿੱਥੇ ਨਹੀਂ ਹਾਏ ਓਏ ਰੱਬਾ ਕਿੱਥੇ ਮੈਂ ਜਵਾਕਾਂ ਨੂੰ ਕਹਿਤਾ ਕਿ ਤੁਹਾਡੀ ਹਰ ਖੁਆਇਸ਼ ਪੂਰੀ ਕਰੂੰਗਾ ਜੇ ਭਾਂਡੇ ਦਾ ਮੂੰਹ ਖੁੱਲ੍ਹਾ ਹੋਵੇ ਤਾਂ ਖਾਣ ਵਾਲੇ ਨੂੰ ਤਾਂ ਸ਼ਰਮ ਚਾਹੀਦੀ ਆ ਆਹ ਦੇਖ ਲਓ ਫੁਲਕਾਰੀਆਂ ਅਤੇ ਟਿੱਕਿਆਂ 'ਤੇ ਕਿੰਨੇ ਪੈਸੇ ਲਵਾ ਦੇ ਹੁਣ ਮੈਂ ਇਹਨਾਂ ਨੂੰ ਜਵਾਬ ਦਿੰਦਾ ਚੰਗਾ ਨਹੀਂ ਲੱਗਦਾ ਪੈਸਿਆਂ ਨੂੰ ਜਵਾਬ ਦਿੱਤਾ ਫਿਰ ਕਹਿਣਗੇ ਚਾਚਾ ਪੈਸਿਆਂ ਨੂੰ ਹੱਥ ਘੁੱਟਦਾ ਉਹ ਇਹ ਤਾਂ ਉਹਨਾਂ ਨੂੰ ਆਪ ਹੀ ਸੋਚਣਾ ਚਾਹੀਦਾ ਜੇ ਭਾਂਡੇ ਦਾ ਮੂੰਹ ਖੁੱਲ੍ਹਾ ਹੋਵੇ ਤਾਂ ਖਾਣ ਵਾਲੇ ਨੂੰ ਤਾਂ ਸ਼ਰਮ ਚਾਹੀਦੀ ਆ ਹਾਂ ਪੰਮੀ ਹੁਣ ਤੂੰ ਦੱਸ ਕੀ ਕਹਿੰਦੀ ਸੀ ਕੁਛ ਨਹੀਂ ਵੀਰੇ ਮੈਂ ਭੁੱਲ ਗਈ ਮੈਂ ਕੀ ਕਹਿਣ ਆਈ ਸੀ ਬਸ ਕਰ ਮੀਤੇ ਬਸ ਕਰ ਦੇਖ ਛੋਟੇ ਭਰਾ ਜੇ ਉਹਨੂੰ ਅਹਿਸਾਸ ਨਹੀਂ ਕਰਾਵਾਂਗੇ
ਉਹ ਆਪਣੇ ਘਰ ਜਾ ਕੇ ਕਿਵੇਂ ਵਸੂਗੀ? ਤੁਸੀਂ ਪਹਿਲਾਂ ਪਾਣੀ ਪੀਓ, ਫੜੋ। ਵੀਰੇ ਆਪਾਂ ਸਾਂਭਲਾਂਗੇ, ਉਹ ਪ੍ਰਾਹੁਣੇ ਦੇ ਆਉਣ ਤੋਂ ਪਹਿਲਾਂ ਵੀ ਤਾਂ ਆਪਾਂ ਹੀ ਸਾਂਭਦੇ ਸੀ, ਹੁਣ ਕਿਉਂ ਨਹੀਂ? ਉਹ ਛੋਟੇ ਵੀਰ, ਆਪਾਂ ਸਾਰਾ ਕੁਛ ਪੰਮੀ ਲਈ ਨਹੀਂ ਕਰ ਰਹੇ, ਉਹ ਤੂੰ ਸਾਹਿਬ ਬਾਰੇ ਵੀ ਸੋਚ, ਉਹਨੂੰ ਵੀ ਪਿਓ ਦੀ ਲੋੜ ਆ। ਉਹ ਤੂੰ ਕੀ ਚਾਹੁੰਦਾ? ਤੂੰ ਇਹ ਚਾਹੁੰਦਾ ਕਿ ਆਪਾਂ ਸਾਹਿਬ ਦੇ ਮੂੰਹੋਂ ਸੁਣੀਏ ਕਿ ਮਾਮਿਆਂ ਨੇ ਆਪਣੀ ਭੈਣ ਦਾ ਘਰ ਵਸਣ ਨਹੀਂ ਦਿੱਤਾ? ਉਹ ਦਿਲ 'ਤੇ ਪੱਥਰ ਰੱਖ ਲਾ ਛੋਟੇ ਵੀਰ, ਪੱਥਰ ਰੱਖ ਲਾ, ਕਰਨਾ ਪੈਣਾ ਛੋਟੇ ਵੀਰ, ਪੰਮੀ ਨੂੰ ਇਹ ਤਸੀਹਾ ਦੇਣਾ ਹੀ ਪੈਣਾ। ਵੀਰੇ ਮੈਂ ਨਹੀਂ ਸਹਿ ਸਕਦਾ, ਮੈਂ ਨਹੀਂ ਸਹਿ ਸਕਦਾ। ਵੀਰੇ ਚੁੱਪ ਕਰ, ਕਿਵੇਂ ਜਵਾਕਾਂ ਵਾਂਗੂ ਰੋਈ ਜਾਂਦਾ? ਰੋਜੀ ਅਸੀਂ ਆਪਣਾ ਕੰਮ ਕਰਤਾ, ਹੁਣ ਤੁਹਾਡੀ ਵਾਰੀ ਆ। ਹੱਥ ਜੜਾ ਲਓ ਜੀ ਮੇਰੇ ਤੋਂ, ਮੇਰੇ 'ਚ ਇੰਨੀ ਹਿੰਮਤ ਨਹੀਂ ਹੈਗੀ, ਮੈਂ ਨਹੀਂ ਇਹ ਕੰਮ ਕਰ ਸਕਦੀ। ਤਾਂ ਹਿੰਮਤ ਕਰ, ਜਾ 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 ਤੂੰ। ਭੈਣੇ ਚੱਕ, ਚੱਕਦੀ ਲਿਆ, ਨਹੀਂ ਚੱਕਦੀ ਚੱਕ। ਭੈਣੇ ਵਿਆਹ ਵਾਲਾ ਘਰ ਆ, 36 ਕੰਮ ਨੇ, ਇੰਨੇ ਮਹਿਮਾਨ ਆਉਣੇ ਨੇ, ਸੌਣ ਪੈਣ ਦਾ ਤਾਂ ਉਹਨਾਂ ਦੇ ਕਰਨਾ ਹੀ ਪੈਣਾ ਇੰਤਜ਼ਾਮ। ਪਰ ਭੈਣੇ ਇਹ ਕਮਰਾ ਤਾਂ ਪੰਮੀ ਨੂੰ ਅਤੇ ਸਾਹਿਬ ਨੂੰ ਦਿੱਤਾ ਹੋਇਆ, ਇਹਨਾਂ ਦੇ ਕੱਪੜੇ ਵੀ ਪਏ ਨੇ, ਸਾਹਿਬ ਦੀਆਂ ਕਿਤਾਬਾਂ ਵੀ ਪਈਆਂ ਨੇ, ਇਹਨਾਂ ਦਾ ਕੀ ਕਰਾਂਗੇ? ਲੈ ਕੋਈ ਨਾ, ਪੰਮੀ ਨੂੰ ਆਪਾਂ ਕਹਿ ਦਿੰਦੇ ਹਾਂ, ਪੰਮੀ ਭੈਣ ਆ ਤੁਹਾਨੂੰ ਕਮਰਾ ਖਾਲੀ ਕਰਨਾ ਪੈਣਾ ਆ, ਇਹ ਤਾਂ ਰਿਸ਼ਤੇਦਾਰਾਂ ਨੂੰ ਦੇਣਾ ਸੌਣ ਪੈਣ ਨੂੰ। ਕਮਰਾ ਖਾਲੀ ਕਰਨਾ ਪੈਣਾ, ਹੋਰ ਕੀ? ਪਰ ਤੂੰ ਫਿਕਰ ਨਾ ਕਰ, ਤੈਨੂੰ ਵੀ ਕਿਤੇ ਪਾਵਾਂਗੇ ਹੀ। ਚੱਲ ਨਵੀਂ ਗੁਰੀ ਤਾਂ ਸਾਡੇ ਨਾਲ ਸਾਡੇ ਕਮਰੇ 'ਚ ਪੈ ਜਾਣਗੇ, ਭਾਈ ਘਰ ਦੀ ਕੁੜੀ ਆ, ਉਹ ਤਾਂ ਸਮਝ ਗਈ ਵੀ ਘਰ 'ਚ ਸੌਣ ਪੈਣ ਦੀ ਤੰਗੀ ਆ, ਛੋਟਾ ਆ ਘਰ। ਪਰ ਜੇ ਨਵੀਂ ਦੀ ਸੱਸ ਦੇ ਨਾਲ ਉਹਦੇ ਸਹੁਰਿਆਂ 'ਚੋਂ ਕੋਈ ਹੋਰ ਆ ਗਿਆ, ਫਿਰ ਉਹਨੂੰ ਤਾਂ ਕਮਰਾ ਦੇਣਾ ਹੀ ਪੈਣਾ ਆ। ਅਕਸਰ ਨੂੰ ਕੁੜਮ ਆ ਭਾਈ, ਉਹਨਾਂ ਨੂੰ ਥੋੜ੍ਹੀ ਇੱਕੋ ਹੀ ਕਮਰੇ 'ਚ ਪਾ ਲਵਾਂਗੇ, ਉਹਨਾਂ ਨੂੰ ਵੱਖਰਾ ਕਮਰਾ ਦੇਣਾ ਪਊ, ਸੇਵਾ ਪਾਣੀ ਕਰਨੀ ਪਊ। ਠੀਕ ਆ ਭਾਬੀ, ਮੇਰੇ ਕਮਰੇ 'ਚ ਪੈ ਜਾਣਗੇ, ਮੈਂ ਆਪੇ ਉਹਨਾਂ ਨੂੰ ਪੁੱਛੀ ਜਾਊਂਗੀ। ਪੰਮੀ ਤੂੰ ਥੋੜ੍ਹੀ ਉਹਨਾਂ ਨਾਲ ਪੈਂਗੀ, ਉਹ ਚੰਗਾ ਥੋੜ੍ਹੀ ਨਾ ਲੱਗਦਾ, ਉਹਨਾਂ ਨੇ ਵਿਆਹ 'ਤੇ ਆਉਣਾ, ਸੌ ਸਮਾਨ ਹੁੰਦਾ ਅਗਲੇ ਕੋਲ, ਟੈਚੀ ਹੋਣਗੇ, ਕੱਪੜਾ ਲੀੜਾ ਹੋਊਗਾ, ਜੇ ਮਾੜੀ ਮੋਟੀ ਚੀਜ਼ ਇੱਧਰ ਉੱਧਰ ਹੋ ਗਈ ਐਵੇਂ ਤੇਰਾ ਨਾਮ ਆਊਗਾ, ਅਗਲੇ ਕਹਿਣਗੇ ਉਹ ਕਮਰੇ 'ਚ ਪੈਂਦੀ ਸੀ, ਐਵੇਂ ਅਗਲੇ ਸ਼ੱਕ ਕਰਨਗੇ। ਤੂੰ ਨਾ ਪੰਮੀ ਐਂ ਕਰ, ਆਪਣਾ ਅਤੇ ਸਾਹਿਬ ਦਾ ਸਮਾਨ ਤੂੰ ਇੱਕ ਵਾਰ ਕਮਰੇ 'ਚ ਬਾਹਰ ਲੈ ਜਾ, ਨਾਲੇ ਅਸੀਂ ਕਮਰੇ ਦੀ ਸਾਫ਼ ਸਫਾਈ ਕਰ ਦਈਏ, ਨਾਲੇ ਸਾਰੀ ਸੈਟਿੰਗ ਕਰ ਦਈਏ। ਠੀਕ ਆ ਭਾਬੀ, ਪਰ ਸਮਾਨ ਮੈਂ ਕਿੱਥੇ ਰੱਖਾਂ? ਉੱਧਰ ਵੱਡੇ ਬੀਰੇ ਵਾਲੇ ਕਮਰੇ 'ਚ ਰੱਖਿਆ ਵਾ। ਲੈ ਪੰਮੀ ਉੱਧਰ ਕਿਵੇਂ ਤੂੰ ਰੱਖੇਂਗੀ? ਉੱਧਰ ਨਾ ਤਾਂ ਸੁਖਨਾ ਸੀ ਕਿੰਨੇ ਜੀ ਹਾਂ, ਜਵਾਈ ਵੀ ਆਇਆ ਹੋਇਆ, ਕਿਰਨ, ਮਿੰਦੋ, ਫਿਰ ਮਿੰਦੋ ਦੇ ਨਾਨਾ ਨਾਨੀ ਵੀ ਆਏ ਹੋਏ ਨੇ, ਮੈਂ ਉਹਨਾਂ ਨੂੰ ਤਾਂ ਨਹੀਂ ਕਹਿ ਸਕਦੀ ਵੀ ਤੁਸੀਂ ਬਾਹਰ ਪਾਓ, ਉਹਨਾਂ ਨੂੰ ਤਾਂ ਕਮਰਾ ਚਾਹੀਦਾ ਨਾ। ਕਮਰਾ ਦਾ ਨੱਕੋ ਨੱਕ ਸਮਾਨ ਨਾ ਭਰਿਆ ਪਿਆ, ਪੈਰ ਰੱਖਣ ਨੂੰ ਤਾਂ ਥਾਂ ਹੀ ਨਹੀਂ। ਪਰ ਭੈਣੇ ਪੰਮੀ ਨੂੰ ਵੀ ਥੋੜ੍ਹੀ ਬਾਹਰ ਪਾ ਸਕਦੇ ਹਾਂ, ਹੁਣ ਇਹਦੇ ਵੀ ਤਾਂ ਸੌਣ ਪੈਣ ਦਾ ਕਿਤੇ ਇੰਤਜ਼ਾਮ ਕਰਨਾ ਹੀ ਪੈਣਾ ਆਪਾਂ ਨੂੰ। ਭਾਬੀ ਮੈਂ ਕਰਦੀ ਹਾਂ, ਸਟੋਰ ਦੇ ਵਿੱਚ ਪੈ ਜਾਂਦੀ ਹਾਂ। ਤੂੰ ਸਟੋਰ 'ਚ ਕਿਵੇਂ ਪੈ ਸਕਦੀ ਹਾਂ? ਉੱਥੇ ਤਾਂ ਸਮਾਨ ਏ ਬਹੁਤ ਆ, ਰਜਾਈਆਂ ਗਧੇਲੇ ਵੀ ਉੱਥੇ ਪਏ ਨੇ, ਹਲਵਾਈਆਂ ਦਾ ਸਮਾਨ ਵੀ ਉੱਥੇ ਪਿਆ, ਭਾਜੀ ਸਾਰੀ ਉਹ ਵੀ ਉੱਥੇ ਰੱਖੀ ਹੋਈ ਆ, ਹੋਰ ਨਿੱਕ ਸੁੱਕ ਬਹੁਤ ਕੁਛ ਉੱਥੇ ਪਿਆ, ਉੱਥੇ ਤਾਂ ਜਗ੍ਹਾ ਹੀ ਨਹੀਂ ਹੈਗੀ। ਭਾਬੀ ਜਿਹੜਾ ਹਲਵਾਈਆਂ ਦਾ ਸਮਾਨ ਆ ਉਹ ਆਪਾਂ ਆਂਢ ਗੁਆਂਢ 'ਚ ਕਿਤੇ ਰਖਾ ਦਿੰਦੇ ਹਾਂ, ਇੰਨੇ ਘਰ ਨੇ। ਵੈਸੇ ਵੀ ਜਿਵੇਂ ਨਵੀਂ ਅਤੇ ਕਿਰਨ ਇਸ ਘਰ ਦੀਆਂ ਧੀਆਂ ਨੇ, ਮੈਂ ਵੀ ਤਾਂ ਇਸ ਘਰ ਦੀ ਧੀ ਹਾਂ। ਹਾਂ ਤੂੰ ਵੀ ਇਸ ਘਰ ਦੀ ਧੀ ਆ, ਪਰ ਪੰਮੀ ਥੋੜ੍ਹਾ ਜਿਹਾ ਫਰਕ ਆ, ਨਵੀਂ ਅਤੇ ਕਿਰਨ ਆਪਣੇ ਪ੍ਰਾਹੁਣਿਆਂ ਨਾਲ ਆਈਆਂ ਨੇ, ਉਹਨਾਂ ਦੇ ਸਹੁਰਿਆਂ ਨੇ ਦੇਖਣਾ, ਪਰ ਤੂੰ ਤਾਂ ਇਕੱਲੀ ਆ, ਤੈਨੂੰ ਕਿਹਨੇ ਦੇਖਣਾ? ਤੂੰ ਐਂ ਕਰ, ਸਟੋਰ 'ਚੋਂ ਨਾ ਗੱਦਿਆਂ 'ਚੋਂ ਇੱਕ ਗੱਦਾ ਚੱਕ ਅਤੇ ਰਸੋਈ 'ਚ ਡਾ ਲਾ, ਉੱਥੇ ਸੌਂ ਜੀ।